ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜਨਾਬ, ਮੈਂ ਤੁਹਾਡਾ ਆਪਣਾ ਵੀਰ ਸ਼ੌਕਤ ਹਿਆਤ। ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਅਮੀਨਪੁਰ ਬੰਗਲਾ ਕੀ ਦੁਨੀਆ। ਅਤੇ ਸਾਰੇ ਵੇਖਣ ਵਾਲੇ ਭਰਾਵਾਂ ਨੂੰ ਦੇਸ਼ ਪ੍ਰਦੇਸ਼ ਦੇ ਵਿੱਚ ਪਿਆਰ ਭਰਿਆ ਜਨਾਬ ਸਲਾਮ, ਅਸਲਾਮੁ ਅਲੈਕੁਮ। ਇਨਸ਼ਾਅੱਲਾ ਹੱਸਦੇ ਰਹੋ, ਨਾਲੇ ਵੱਸਦੇ ਰਹੋ, ਅਤੇ ਇੱਕ ਦੂਜੇ ਨਾਲ ਇੰਜੇ ਪਿਆਰ ਕਰਦੇ ਰਹੋ, ਹਾਲ ਪੁੱਛਦੇ ਰਹੋ, ਅਤੇ ਨਾਲੇ ਦੱਸਦੇ ਰਹੋ। ਸਭ ਤਾਰੀਫਾਂ ਅੱਲਾ ਲਈ ਜੋ ਪਾਲਣਹਾਰਾ, ਸਭ ਦਾ ਵੱਡੀ ਮਿਹਰ ਅਤੇ ਰਹਿਮਤ ਵਾਲਾ ਬਣੇ ਸਹਾਰਾ ਸਭ ਦਾ। ਮੇਰੇ ਮੌਲਾ ਸਦਾ ਮਹਿਫੂਜ਼ ਰੱਖ ਸ਼ੈਤਾਨ ਮਰਦੂਦ ਦੇ ਸ਼ਰ ਤੋਂ, ਜਿਹੜਾ ਜ਼ਾਲਮ ਅਤੇ ਬੁਰਾਈ ਦਾ ਹਵਾਲਾ ਏ। ਸ਼ੁਰੂ ਕਰੀਏ ਹਮੇਸ਼ਾ ਹੀ ਖੁਦਾ ਦਾ ਪਾਕ ਨਾਂ ਲੈ ਕੇ, ਜਿਹੜਾ ਬੜਾ ਹੀ ਮਿਹਰਬਾਨ ਨਿਹਾਇਤ ਰਹਿਣ ਵਾਲਾ ਏ। ਜਿਸ ਤਰ੍ਹਾਂ ਕਿ ਸਭ ਦੋਸਤਾਂ ਭਰਾਵਾਂ ਨੂੰ ਮੌਜੂਦ ਏ ਕਿ ਅੱਜ 10 ਤਾਰੀਖ, 10 ਜੂਨ, 10 ਜੂਨ 2024, ਮੰਡੀ ਲੱਗ ਚੁੱਕੀ ਹੈ ਅਮੀਨਪੁਰ ਬੰਗਲਾ ਦੇ ਵਿੱਚ। ਅਤੇ ਇਸ ਦੀ ਜਨਾਬ ਪਹਿਲੀ ਵੀਡੀਓ ਜਿਹੜੀ ਹੈ ਉਹ ਬਣ ਰਹੀ ਹੈ। ਟਾਈਮ ਤਕਰੀਬਨ ਸੁਬਹਾ 8 ਵਜੇ ਦਾ ਹੋ ਚੁੱਕਿਆ, ਸੁਬਹਾ 8 ਵਜੇ ਦਾ ਟਾਈਮ ਹੈ ਜਨਾਬ। ਜਾਨਵਰ ਮਾਸ਼ਾਅੱਲਾ ਸੋਹਣੇ ਸੋਹਣੇ ਅਤੇ ਖੂਬਸੂਰਤ ਆ ਚੁੱਕੇ ਨੇ। ਸ਼ੁਰੂ ਤੋਂ ਸਟਾਰਟਿੰਗ ਪੁਆਇੰਟ ਤੋਂ ਹੀ ਮੈਂ ਜਨਾਬ ਵੀਡੀਓ ਬਣਾ ਰਿਹਾ ਵਾਂ, ਅਤੇ ਐਂਡ ਤੱਕ ਜਨਾਬ ਜੀ ਜਾਵਾਂਗੇ, ਗੱਲਾਂ ਬਾਤਾਂ ਕਰਾਂਗੇ ਸਾਰੇ ਦੋਸਤਾਂ ਦੇ ਨਾਲ, ਖਰੀਦਦਾਰਾਂ ਦੇ ਨਾਲ ਵੀ, ਅਤੇ ਔਰ ਜਿਹੜੇ ਵੇਚਣ ਆਏ ਹੋਏ ਨੇ ਉਹਨਾਂ ਦੇ ਨਾਲ ਵੀ। ਇਹ ਜਨਾਬ ਅਮੀਨਪੁਰ ਬੰਗਲਾ ਦਾ ਮੇਨ ਰੋਡ ਜਿਹੜਾ ਪੁਆਣੇ ਨੂੰ ਜਾ ਰਿਹਾ ਵੇ। ਇਹ ਕੁਝ ਖੋਤੇ ਵੀ ਆ ਰਹੇ ਨੇ, ਕੁਝ ਰੇਹੜੀਆਂ ਵਾਲੇ ਦੋਸਤ ਅਬਾਬ ਆ ਰਹੇ ਨੇ, ਕੁਛ ਦੋਸਤ ਬਾਬਾ ਆ ਕੇ ਬੈਠੇ ਨੇ, ਇੰਤਜ਼ਾਰ ਕਰ ਰਹੇ ਨੇ। ਅਤੇ ਆ ਜਾਓ ਜਨਾਬ, ਤੁਹਾਡਾ ਜ਼ਿਆਦਾ ਟਾਈਮ ਜ਼ਾਇਆ ਨਹੀਂ ਕਰਦੇ, ਬਿਲਕੁਲ ਅਸੀਂ ਮਾਲੂਮਾਤ ਲੈਂਦੇ ਹਾਂ। ਇਹ ਤਿੰਨ ਜਾਨਵਰ ਨੇ ਇੱਥੇ ਜੀ, 6 ਜਾਨਵਰਾਂ ਦੀ ਤੁਹਾਨੂੰ ਜਨਾਬ ਇਸ ਵੀਡੀਓ ਦੇ ਵਿੱਚ ਤਫਸੀਲ ਮਿਲੇਗੀ 6 ਜਾਨਵਰਾਂ ਦੀ। ਡਾਇਰੈਕਟ ਮਾਲਕਾਂ ਦਾ ਨੰਬਰ ਦੇਵਾਂਗੇ, ਅਤੇ ਵੀਡੀਓ ਸਾਰੀ ਵੇਖਣੀ ਹੈ, ਐਂਡ ਤੱਕ ਵੇਖਣੀ ਹੈ। ਸੋਹਣੇ ਸੋਹਣੇ ਜਾਨਵਰ ਹੋਣਗੇ ਤੁਹਾਡੇ ਮਤਲਬ ਦੇ, ਤੁਹਾਡੇ ਮੁਤਾਬਕ ਦੇ। ਅਤੇ ਇਹ ਤਕਰੀਬਨ ਡਾਂਸਰ ਘੋੜੇ ਨੇ, ਇਨਕੇ ਨੇਜ਼ਾਬਾਜ਼ ਵੀ ਹੈ ਅਤੇ ਡਾਂਸਰ ਵੀ ਹੈ ਦੋਸਤੋ, ਤੁਹਾਨੂੰ ਮਿਲਣਗੇ ਇਸ ਵੀਡੀਓ ਦੇ ਵਿੱਚ। ਅਤੇ ਲਓ ਜੀ, ਸਭ ਤੋਂ ਪਹਿਲਾਂ ਤਾਂ ਸਲਾਮ ਅਲੈਕੁਮ ਜਨਾਬ। ਵਾਲੇਕੁਮ ਸਲਾਮ, ਕੀ ਹਾਲ ਹੈ ਜੀ? ਠੀਕ ਹੋ ਜੀ? ਸ਼ੁਕਰ ਅੱਲਾਹ। ਸੁਬਹਾ ਸੁਬਹਾ ਦਾ ਟਾਈਮ ਹੈ ਅਤੇ ਹਲੇ ਫਿਰ ਗਾਹਕ ਸ਼ਾਹਕ ਤਾਂ ਲੈ ਕੋਈ ਨਹੀਂ ਆਏ ਹੋਣੇ? ਨਾਸ਼ਤਾ ਨੁਸ਼ਤਾ ਕਰ ਕੇ ਹਲੇ ਨਾਸ਼ਤਿਆਂ 'ਤੇ ਲੱਗੇ ਹੋਏ ਨੇ। ਚਲੋ ਇਹ ਦੱਸੋ, ਇਹ ਘੋੜਾ ਹੈ ਜਿਹੜਾ, ਇਹਦੀ ਕਿੰਨੀ ਕੁ ਉਮਰ ਹੋਏਗੀ? ਇਹਦੀ 4 ਸਾਲ। ਸਹੀ ਸਹੀ ਦੱਸਣੀ ਉਮਰ ਸ਼ਾਹ ਜੀ? ਦੇਖੋ 4 ਸਾਲ। ਆ ਦੋਸਤੋ ਵੇਖ ਲਿਓ ਜੀ, ਆਪੇ ਤਸੱਲੀ ਕਰ ਲਿਆ ਜੇ ਵੇਖਣ ਵਾਲੇ ਦੋਸਤ ਅਹਬਾਬ। ਇਹਦੇ ਇਹ ਸੁੰਮ ਚੈੱਕ ਕਰਨਾ, ਚੌੜਾ ਸੁੰਮ ਹੈ, ਬਰੀਕ ਨਲੀ ਹੈ, ਜੋੜ ਮੋਟੇ ਮੋਟੇ ਨੇ, ਸੀਨਾ ਚੌੜਾ ਵੇ, ਸਾਵੇ ਰੰਗ ਦਾ ਘੋੜਾ। ਬਾਜੂ ਹੈ? ਚਲੋ ਕੱਦ ਕਿੰਨਾ ਕਿਹਦਾ ਭਲਾ? 62 ਇੰਚ ਕੱਦ ਹੈ ਜਨਾਬ, ਡਬਲ ਬਾਡੀਆਂ ਦੇ ਵਿੱਚ ਘੋੜਾ ਦੋਸਤੋ। ਅੱਛਾ, ਇਹ ਦੱਸੋ ਕਿ ਇਹਦੇ ਪੈਸੇ ਤੁਸੀਂ ਕਿੰਨੇ ਕੁ ਮੰਗ ਰਹੇ ਜੀ? 8 ਲੱਖ ਰੁਪਏ। ਕਮੀ ਬੇਸ਼ੀ ਹੋ ਜਾਏਗੀ। ਚਲੋ ਇਸ ਘੋੜੇ 'ਤੇ ਆ ਜਾਓ ਜਨਾਬ ਜੀ। ਉਮਰ 5 ਸਾਲ। ਨੁਕਰਾ ਜਨਾਬ, ਨੁਕਰਾ ਘੋੜਾ ਜਨਾਬ, ਸੀਨੇ ਦੇ ਉੱਤੇ ਦਿਨਾਰ ਨੇ, ਦੋਨੇ ਅੱਖਾਂ ਕਾਲੀਆਂ ਨੇ। ਆ ਉੱਤੇ ਕੀ ਲੱਗਾ ਇੱਧਰ? ਨਹੀਂ ਨਹੀਂ, ਇਹ ਅੱਖ ਦੇ ਉੱਤੇ ਇਹ ਜਿਹੜਾ ਇਹ ਜੀ ਨਿਸ਼ਾਨ ਲੱਗ ਪੈਂਦੇ ਡਾਲੇ? ਆਹ ਜਿਹੜਾ? ਨਹੀਂ ਨਹੀਂ, ਕੁਛ ਹੀ ਕੋਈ ਨਹੀਂ। ਆਹ ਚਿੱਟਾ ਜਿਹਾ ਜਿਹੜਾ? ਕੋਈ ਚਿੱਟਾ ਨਹੀਂ, ਕਾਲੀ ਲੱਗ। ਅੱਛਾ ਜੀ, ਛੋਟਾ ਛੋਟਾ ਕੰਨ। ਉਮਰ ਕਿੰਨੀ ਦੱਸੀ? 5 ਸਾਲ। ਕਦ ਕਿੰਨਾ ਹੋਣਾ ਭਲਾ? 59 ਇੰਚ ਹੋਣਾ, 59 ਤਕਰੀਬਨ ਅੰਦਾਜ਼ਾ ਹੈ। ਚਲੋ ਸੁੰਮ ਚੌੜਾ ਵੇ, ਠੀਕ ਹੋ ਗਿਆ। ਅਤੇ ਇਹ ਕੀ ਕੰਮ ਕਰਦਾ? ਇਹ
ਚੌਕੜੀ ਕਰਦਾ ਇੱਕ ਬਾਈ ਛਿੜਦਾ ਹੈ ਬਹੁਤ ਚੰਗਾ ਜੀ। ਅੱਛਾ ਇਹਦੇ ਕਿੰਨੇ ਕੁ ਪੈਸੇ ਨੇ? ਇਹਦੇ ਦੀ ਬਿਮਾਰ 10 ਲੱਖ 10 ਲੱਖ ਰੁਪਇਆ ਕਮੀ ਪੇਸ਼ੀ ਜੀ ਜ਼ਰੂਰ। ਕਿੰਨੀ ਕੁ ਜਿਤਨੀ ਕੋਈ ਕਰਾ ਸਕੇ ਜਿਤਨੀ ਕਰਾ ਸਕੇ ਜਿਹਨੇ ਲੈਣ ਵਾਲਾ ਜਿਹੜਾ ਵੇ ਜਿਹੜਾ ਲੈਣ ਇਹ ਉਸ 'ਤੇ ਡਿਪੈਂਡ ਕਰਦਾ ਵੇ ਉਸ 'ਤੇ ਜੀ। ਠੀਕ ਹੋ ਗਿਆ, ਮੰਗਣ ਲਓ ਅਸੀਂ ਮੰਗ ਲਏ ਨੇ। ਅੱਛਾ ਜਨਾਬ ਇਹ ਆ ਗਿਆ, ਇਹਦਾ ਰੰਗ ਕੀ ਪੈ ਗਿਆ ਭਲਾ? ਇੱਥੇ ਆ ਜਾਓ, ਇਹਦਾ ਰੰਗ ਮੈਂ ਕੀ ਪੈ ਗਿਆ? ਤੇਲੀਆ ਮੁਸ਼ਕਾ ਜਿਹਾ 5 ਕਿਲਾਣ ਜਿਹਾ ਜਨਾਬ ਜੀ ਬਣਦਾ ਜੀ ਪੂਰਾ ਜਨਾਬ ਜੀ ਮੋਛਵਾਂ। ਇਹ ਦੋਸਤੋ ਵੇਖਿਓ ਜਨਾਬ। ਅੱਛਾ ਕੁਛ ਦੋਸਤ ਕਹਿੰਦੇ ਨੇ ਕਿ ਯਾਰ ਜਾਨਵਰ ਪਿੱਛਾ ਵੀਡੀਓ ਹਟ ਕੇ ਬਣਾਇਆ ਕਰੋ, ਉਹਦੀ ਵਜ੍ਹਾ ਯਾਰ ਕਿ ਮੰਡੀ ਦੇ ਵਿੱਚ ਜਗ੍ਹਾ ਜਿਹੜੀ ਹੈ ਨਾ ਬਹੁਤ ਥੋੜ੍ਹੀ ਹੁੰਦੀ ਹੈ। ਓਏ ਆਹ ਵੇਖੋ ਜੀ ਸ਼ਾਹਰਾਂ ਦੇ ਕੰਨ ਜੋੜੇ ਅੱਛਾ ਜੀ ਉਮਰ ਕਿੰਨੀ ਕੁ ਹੈ ਜੀ? 2 ਅੱਖ ਕੀ ਕੰਮ ਕਰਦਾ ਭਾਈ ਜਾਨ? ਇਹ ਮੋਰਨੀ ਨਸਲ ਚ ਪੀਰ ਜ਼ਹੀਰ ਸ਼ਾਹ ਹੋਰਾਂ ਦਾ ਬਛੇਰਾ ਜਨਾਬ। ਵੇਖੋ ਦੋਸਤੋ ਜਨਾਬ ਇਹ ਤੋਹਫਾ ਕੱਢਿਆ ਜੀ ਤਨਵੀਰ ਸ਼ਾਹ ਤੇ ਜ਼ਹੀਰ ਸ਼ਾਹ ਨੇ। ਲਓ ਜੀ ਤਨਵੀਰ ਸ਼ਾਹ ਤੇ ਜ਼ਹੀਰ ਸ਼ਾਹ ਸਭ ਤੋਂ ਤੋਹਫਾ ਜੀ, ਕੀ ਬਾਤ ਹੈ, ਬਹੁਤ ਅੱਛਾ ਜਾਨਵਰ ਜਨਾਬ। ਕੰਮ ਕੀ ਕਰਦਾ? ਕੰਮ ਜਨਾਬ ਇਧਰ ਧਮਾਲ ਕਰਦਾ, ਇਧਰ ਧਮਾਲ ਕਰਦਾ, ਇੱਕ ਵਾਰੀ ਮੰਡਾਂ ਕਾਟ ਚੋਪੇ ਲਾ ਦਿੰਦਾ ਜਨਾਬ। ਦੋਸਤੋ ਮਾਸ਼ਾਅੱਲਾ ਕੰਨ ਦੇਖੋ, ਛੋਟਾ ਛੋਟਾ ਕੰਨ, 5 ਕਲਿਆਣ ਜੀ ਇਹ ਠਲਕਾ ਹੀ 5 ਕਲਿਆਣ ਪੂਰਾ। ਹਾਏ ਹਾਏ ਹਾਂ, ਯਾਦ ਵੇਖੋ, ਮੱਥਾ ਵੇਖੋ, ਕਾਨ ਕਨ ਉੱਤੇ ਵੇਖੋ, ਇਹਦੇ ਵਿੱਚ ਪੈਸੇ ਕਿੰਨੇ ਕਿੰਨੇ ਨੇ? ਪੈਸੇ ਇਹਦੇ ਜੀ ਸਿਰਫ 6.5 ਲੱਖ ਰੁਪਈਆ। ਕਮੀ ਪੇਸ਼ੀ? ਕਮੀ ਪੇਸ਼ੀ ਜ਼ਰੂਰ ਹੋ ਜਾ ਸੀ ਜਨਾਬ, ਕਿਉਂ ਨਾ ਸਾਈ ਕਮੀ ਪੇਸ਼ੀ ਹੋ ਸੀ ਜਨਾਬ, ਨੌਕਰੀ ਹੋ ਸਨ ਜਨਾਬ, ਇੱਥੇ ਕਮੀ ਪੇਸ਼ੀ ਵੀ ਹੋ ਸੀ ਤੇ ਤੋਹਫਾ ਹੈ, ਤੋਹਫਾ ਬੋਲ ਦਾ ਬੱਚਾ, ਦੁਨੀਆ ਜਿਹੜੀ ਲਾ ਜਾ ਸੀ ਤੇ ਦੁਆਈਆਂ ਜੋੜੀਆਂ ਚਾਕ ਦੇ। ਠੀਕ ਹੋ ਗਿਆ, ਬਹੁਤ ਅੱਛਾ ਜਾਨਵਰ ਹੈ ਜਨਾਬ, ਮੋਰਨੀ ਨਾ ਸਾਲੇ। ਅੱਛਾ ਆ ਜਾਓ ਜੀ ਉਧਰ ਜ਼ਰਾ। ਲਓ ਜੀ ਇਹ 3 ਜਾਨਵਰ ਜਿਹੜੇ ਤੁਹਾਨੂੰ ਫਰੰਟ ਤੋਂ ਦਿਖਾਏ ਨੇ ਤੇ ਇਹਨਾਂ ਦਾ ਬੈਕ ਦੇਖ ਲਵੋ। ਹਾਂ ਜਨਾਬ ਬੈਕ ਤੋਂ ਦੇਖਿਓ ਜ਼ਰਾ, ਪੁੱਠੇ ਛੁੱਠੇ। ਅੱਗੇ ਮੈਂ ਗੱਲ ਕਰ ਰਿਹਾ ਸੀ ਕਿ ਯਾਰ ਮੰਡੀ ਦੇ ਵਿੱਚ ਜਗ੍ਹਾ ਬਹੁਤ ਥੋੜ੍ਹੀ ਹੁੰਦੀ ਹੈ, ਤੰਗ ਜਗ੍ਹਾ ਹੁੰਦੀ ਹੈ, ਜਿਸ ਕਰਕੇ ਕੋਈ ਜਾਨਵਰ ਸਹੀ ਤਰ੍ਹਾਂ ਮੁਨਾਸਬ ਜਿਹੜਾ ਨਹੀਂ ਵਿਖਾਇਆ ਜਾ ਸਕਦਾ, ਅਤੇ ਗੁਜ਼ਾਰਾ ਜਨਾਬ ਕਰ ਲਿਆ ਕਰੋ। ਕੀ ਹਾਲ ਹੈ ਜੀ? ਠੀਕ ਠਾਕ ਦੋਸਤੋ? ਇਹ ਨਾ ਤਾਜ ਭੋਜੂਆਣਾ ਘੋੜਾ ਜਿਹੜਾ ਬਰੀਡਰ ਹੈ ਉਸ ਦੇ ਜਨਾਬ ਜੀ ਹੈ ਓਨਰ ਜੇ, ਤਾਜ ਭੋਜੂਆਣਾ ਘੋੜਾ ਜਿਹੜਾ ਹੈ ਨਾ ਜੀ, ਇਹਨਾਂ ਦਾ ਇੰਟਰਵਿਊ ਮੈਂ ਕੀਤਾ ਹੋਇਆ ਵੇ, ਅਤੇ ਹਲਕੀ ਫੁਲਕੀ ਇਹਨਾਂ ਕੋਲੋਂ ਗੱਲਬਾਤ ਕਰਕੇ ਪੁੱਛਦੇ ਹਾਂ। ਭਾਈ ਜਾਨ ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ ਜੀ, ਕੀ ਲੈਣ ਆਏ ਜੀ ਅੱਜ? ਅਸਾਂ ਘੋੜਾ ਲੈਣਾ ਜੀ ਨੇਜ਼ਾਬਾਜ਼ੀ ਵਾਸਤੇ। ਘੋੜਾ ਨੇਜ਼ਾਬਾਜ਼ੀ ਵਾਸਤੇ? ਹਾਂਜੀ। ਨਹੀਂ ਲੱਭ ਰਿਹਾ? ਨਹੀਂ ਹਾਲੇ ਫਿਲਹਾਲ ਨਹੀਂ ਲੱਭ, ਕੋਈ ਨਹੀਂ ਲੱਭਿਆ। ਹਾਂਜੀ। ਅੱਛਾ ਅੱਜ ਕੋਈ ਵੇਖਿਆ ਹੈ ਜਾਂ ਕੋਈ? ਹਾਂਜੀ ਹਾਲੇ ਵੇਖ ਤਾਂ ਆਇਆ, ਹਾਲੇ ਪਸੰਦ ਕੋਈ ਨਹੀਂ ਆਇਆ। ਪਸੰਦ ਕੋਈ ਨਹੀਂ ਆਇਆ? ਹਾਂਜੀ। ਚਲੋ ਅੱਲਾ ਖੈਰ ਕਰੇ। ਤਾਂ ਓਵਰਆਲ ਮੰਡੀ 'ਚ ਕੀ ਸੂਰਤ ਹਾਲ ਹੈ? ਖਾਸ ਤੌਰ ਕੋਈ ਨਹੀਂ, ਮਾਲ ਹੀ ਹਾਲੇ ਨੇ ਆਇਆ ਕੁਰਬਾਨੀ। ਸਹੀ ਹੋ ਗਿਆ, ਚਲੋ ਮਿਹਰਬਾਨੀ, ਵੇਖੋ ਜਨਾਬ ਵੀ ਠੀਕ ਹੋ ਗਿਆ। ਅੱਛਾ ਇਹਦਾ ਦੱਸੋ ਜਨਾਬ, ਇੱਧਰ ਆਓ। ਅੱਛਾ ਜੀ ਇਹ ਕੀ ਰੰਗ ਇਹਦਾ? ਗਰੜਾ 5 ਕਲਿਆਣ ਜਨਾਬ ਜੀ, ਇਹ ਦੋਸਤੋ ਘੋੜਾ ਜੇ ਪੂਰਾ 5 ਕਲਿਆਣ। ਉਮਰ ਕਿੰਨੀ ਹੈ? ਉਮਰ 4 ਤੋਂ 5 ਲੱਗਦਾ ਪਿਆ ਨੇ। 4 ਤੋਂ 5 ਲੱਗ ਰਿਹਾ ਵੇ ਜੀ। ਕੰਮ ਕੀ ਕਰਦਾ ਇਹ ਜੀ? ਗੋਲਾ ਨੇਜ਼ਾਬਾਜ਼ ਤੇ ਨੇਜ਼ਾਬਾਜ਼। ਅੱਛਾ ਜੀ ਅੱਖਾਂ ਜਨਾਬ ਜੀ ਕਾਲੀਆਂ। ਕੱਦ ਕਿੰਨਾ ਕੁ ਹੋਣਾ ਭਲਾ ਇਹਦਾ? ਕੱਦ ਇਹਦਾ ਹੈ ਜੀ 61 ਇੰਚ। 61 ਇੰਚ ਕਿੰਨੇ ਕੁ ਪੈਸੇ ਇਹਦੇ ਮੰਗ ਰਹੇ ਜੀ? ਇਹਦੀ ਡਿਮਾਂਡ ਸਿਰੇ 7 ਲੱਖ ਰੁਪਏ। 7 ਲੱਖ ਰੁਪਇਆ ਡਿਮਾਂਡ, ਕਮੀ ਪੇਸ਼ੀ ਇਹਦੀ ਵੀ ਹੋ ਜਾਏਗੀ। ਇਹ ਇਹ ਵਾਲਾ ਜੀ? ਅੱਛਾ ਜੀ
ਇਹਦੀ ਉਮਰ ਕਿੰਨੀ ਕੇ? ਦੁਆਕ ਕੀ ਕੰਮ ਕਰਦਾ ਹੈ? ਡਾਂਸਰ ਕੋੜਾ। ਕਦ ਕਿੰਨਾ ਕੋਣਾ? ਅੱਠ ਇੰਚ। ਇਹਦੇ ਕਿੰਨੇ ਪੈਸੇ ਨੇ? ਪੰਜ ਲੱਖ ਰੁਪਇਆ। ਅਗਲਾ ਕੀ ਹੈ ਜੀ? ਨੀਲਾ ਸਾਵਾ ਜੀ, ਪੰਜ ਕਲਿਆਣ ਵੀ। ਕਿੰਨੀ ਕੁ ਉਮਰ ਹੈ? ਇੱਕ ਸਾਲ। ਕਦ ਕਿੰਨਾ ਕੇ? ਉਨਾਹਠ ਇੰਚ। ਇਹਦੇ ਕਿੰਨੇ ਪੈਸੇ ਮੰਗ ਰਹੇ ਹੋ? ਉਹ ਜਾਂਦੀ ਕਰੋ ਸ਼ਾਹ ਜੀ, ਕੀ ਕਰਦੇ ਪਏ ਹੋ? ਨੰਬਰ ਬੋਲੋ ਆਪਣਾ। 0347-860-3596। ਫਿਰ ਬੋਲੋ ਨੰਬਰ। 0347-860-3596। ਲਓ ਜੀ ਦੋਸਤੋ, ਇਹ ਜਨਾਬ ਨੰਬਰ ਆ ਗਿਆ ਜੀ ਡਾਇਰੈਕਟ ਮਾਲਕਾਂ ਦਾ। ਮਾਲੂਮਾਤ ਲੈ ਕੇ ਜਿੰਨੀਆਂ ਕੁ ਵੀ ਹੈ ਸੀ ਉਹ ਦੇ ਦਿੱਤੀਆਂ ਨੇ। ਅਤੇ ਇਹ ਜਨਾਬ ਬਹੁਤ ਹੀ ਪਿਆਰਾ, ਮਾਸ਼ਾਅੱਲਾ ਖੂਬਸੂਰਤ ਇੱਕ ਬਿਆਨਾ ਜੇ, ਅਤੇ ਪੰਜ ਕਲਿਆਣ ਜੇ ਸਾਵਾ ਜਿਹੜਾ ਜੇ। ਅਤੇ ਇਹ ਤਸੱਲੀ ਕਰਿਓ ਜ਼ਰਾ, ਇਸ ਸਾਈਡ ਤੋਂ ਹੋ ਕੇ ਨਾ ਉਂਜ ਬਰੀਕ ਨਲੀ ਛਲੀ ਹੈ ਜੇ, ਵੇਖ ਲਓ। ਅਤੇ ਮੈਂ ਹੁਣ ਤੁਹਾਨੂੰ ਬੈਕ ਸਾਈਡ ਤੋਂ ਹੀ ਵਿਖਾ ਦਿੰਦਾ ਵਾਂ, ਅਗਰ ਇਹਦੀ ਗਰਦਨ ਸ਼ਰਦਨ ਜ਼ਰਾ ਚੈੱਕ ਕਰੋ। ਇਹ ਵੇਖੋ ਜੀ, ਅਤੇ ਕਿਸੇ ਦੋਸਤ ਅਹਿਬਾਬ ਨੂੰ ਜ਼ਰਾ ਕੁਛ ਸਮਝ ਲੱਗੇ ਅਤੇ ਇਹਨਾਂ ਨਾਲ ਰਾਬਤਾ ਕਰ ਲਿਆ ਜੇ। ਇਹ ਵੇਖੋ ਜੀ, ਪੁੱਠਾ ਚੈੱਕ ਕਰੋ ਵਿਛੇਰੇ ਦਾ, ਇਹ ਦੂਸਰੇ ਵਿਛੇਰੇ ਨੇ, ਇਹ ਘੋੜੇ ਨੇ, ਰਹਿਣਾ ਜੇ ਸਾਡੇ ਨਾਲ ਨਾਲ। ਜਨਾਬ ਅਸੀਂ ਤੁਹਾਨੂੰ ਜਨਾਬ ਅੱਜ ਪੂਰੀ ਅਪਡੇਟ ਲੈ ਕੇ ਦੇਵਾਂਗੇ ਮੰਡੀ ਦੀ, ਸ਼ੁਰੂ ਤੋਂ ਲੈ ਕੇ ਆਖਰ ਤੱਕ। ਨੰਬਰ ਆ ਗਿਆ ਜੇ ਦੋਸਤ ਮਾਲਕ ਦਾ ਡਾਇਰੈਕਟ, ਇਹ 6 ਜਾਨਵਰਾਂ ਦੀ ਤੁਹਾਨੂੰ ਤਫਸੀਲ ਲੈ ਕੇ ਦਿੱਤੀ ਹੈ। ਜੀ ਦੋਸਤੋ, ਇਹ ਵੀ ਜਨਾਬ ਜਾਨਵਰ ਨਾਲ ਨੇ, 3 ਖਲੋਤੇ ਨੇ, ਅਤੇ ਮੈਂ ਜਨਾਬ ਗੱਲਬਾਤ ਕਰ ਲੈਂਦਾ ਵਾਂ ਇਹਨਾਂ ਦੀ ਵੀ, ਪੁੱਛ ਲੈਂਦਾ ਵਾਂ। ਇਹ ਤਸੱਲੀ ਕਰ ਲਓ ਅਤੇ ਫਿਰ ਮੈਂ ਨਾ ਤੁਹਾਨੂੰ ਨੰਬਰ ਲੈ ਕੇ ਡਾਇਰੈਕਟ ਮਾਲਕ ਤੋਂ ਦੇ ਦਿੰਦਾ ਵਾਂ। ਇਹ ਵੇਖੋ ਜ਼ਰਾ ਮੇਰਾ ਫੋਟੋ ਸ਼ੋਟ ਚੈੱਕ ਕਰ ਲਓ। ਸ਼ਾਹ ਜੀ ਅਸਲਾਮ ਵਾਲੇਕੁਮ, ਮੈਂ ਫਿਰ ਦੁਬਾਰਾ ਜਾ ਕੇ ਕਰਾ ਦਿੰਦਾ, ਤੁਸੀਂ ਮੈਨੂੰ ਥੋੜ੍ਹੀ ਦੱਸ ਦਿਓ ਇਹਦੀ ਕਿੰਨੀ ਕੁ ਉਮਰ ਹੈ? ਉਸ ਤੋਂ ਪਰਲਾ ਤੀਸਰੇ ਨੰਬਰ ਵਾਲਾ ਨਿਜ਼ਾਬਾਜ਼ੀ ਵਾਲਾ, ਕਿੰਨੀ ਕੁ ਉਮਰ ਹੈ? 5-6 ਸਾਲ। ਕਦ ਕਿੰਨਾ ਕੇ? ਆਪਣਾ ਨੰਬਰ ਬੋਲਿਓ ਜ਼ਰਾ। 0-300-52-42-697। ਉਹਦੇ ਪੈਸੇ ਕਿੰਨੇ ਮੰਗੇ ਪਰਲੇ ਦੇ? ਹਾਂਜੀ 4 ਲੱਖ। 4 ਲੱਖ ਰੁਪਇਆ। ਚਲੋ ਮੈਂ ਜਨਾਬ ਤੁਹਾਨੂੰ ਦੋਸਤੋ ਫਰੰਟ ਤੋਂ ਵਿਖਾ ਦਿੰਦਾ ਵਾਂ ਜਾਨਵਰ, ਤਸੱਲੀ ਕਰਿਓ ਜ਼ਰਾ। ਅਤੇ ਡਾਇਰੈਕਟ ਮਾਲਕ ਦਾ ਆ ਗਿਆ ਜੇ ਨੰਬਰ, ਅਗਰ ਕਿਸੇ ਦੋਸਤ ਭਰਾ ਨੂੰ ਸਮਝ ਲੱਗੇ ਤਾਂ ਇਹਨਾਂ ਨਾਲ ਵੀ ਰਾਬਤਾ ਤੁਸੀਂ ਕਰ ਸਕਦੇ ਜੇ। ਇਹ ਆ ਗਿਆ ਜੀ ਫਰੰਟ, ਇਹ ਵੀ ਜਨਾਬ
ਇੱਥੇ ਦੋਸਤੋ ਟੋਰ ਫੇਰ ਕੇ ਵਿਖਾਏ ਨਹੀਂ ਜਾ ਸਕਦੇ, ਉਹਦੀ ਵਜ੍ਹਾ ਜਨਾਬ ਜੀ ਮੰਡੀ ਜਗ੍ਹਾ ਬੜੀ ਕੰਮ ਹੁੰਦੀ ਹੈ। ਇਹ ਜਨਾਬ ਅੱਗੇ ਨੇਜ਼ਾਬਾਦ ਜੀ ਘੋੜਾ ਹੈ, ਵੇਖੋ ਇਹ ਵੇਖੋ ਜੀ। ਅਤੇ ਰਹਿਣਾ ਸਾਡੇ ਨਾਲ ਨਾਲ ਦੋਸਤੋ ਜੀ, ਜਿਸ ਦੋਸਤ ਨੇ ਵੀ ਅਗਰ ਸਾਡੇ ਨਾਲ ਰਾਬਤਾ ਕਰਨਾ ਤਾਂ ਸਾਡਾ ਨੰਬਰ 0345-3131-3131 ਕਾਲ ਵੀ ਹੈ, ਵਟਸਐਪ ਵੀ ਹੈ, ਅਤੇ ਸਾਡੇ ਨਾਲ ਵੀ ਰਾਬਤਾ ਕਰ ਸਕਦੇ ਹੋ। ਲੈਣ ਦੇਣ ਅਲਹਮਦੁਲਿਲਾ ਚੱਲ ਰਿਹਾ ਵੇ ਔਨਲਾਈਨ। ਅਤੇ ਅੱਜ ਮੌਜੂਦ ਹਾਂ ਮੰਡੀ ਦੇ ਵਿੱਚ, ਤੁਹਾਨੂੰ ਵਿਜ਼ਿਟ ਕਰਾ ਰਹੇ ਹਾਂ, ਸ਼ੌਪ ਕਰਾ ਰਹੇ ਹਾਂ। ਅਤੇ ਰਹਿਣਾ ਸਾਡੇ ਨਾਲ ਜਨਾਬ, ਅਗਲੀ ਵੀਡੀਓ ਦੇ ਵਿੱਚ ਜਨਾਬ ਫਿਰ ਅਸੀਂ ਹਾਜ਼ਰੀ ਦਿੰਦੇ ਹਾਂ ਇਨਸ਼ਾਅੱਲਾ। ਇਹ ਪਹਿਲੀ ਵੀਡੀਓ ਜਾਂ ਦੂਸਰੀ ਵੀਡੀਓ ਦੇ ਵਿੱਚ ਫਿਰ ਹਾਜ਼ਰੀ ਦਿੰਦੇ ਹਾਂ ਜਨਾਬ ਤੁਹਾਨੂੰ। 1, 2, 3, 4, 5, 6, 7, 8, 9 ਜਾਨਵਰਾਂ ਦੀ ਵੀਡੀਓ ਜਿਹੜੀ ਆ ਇਹ ਬਣੀ ਹੈ, ਇਹਦੇ ਵਿੱਚ 9 ਜਾਨਵਰਾਂ ਦੀ ਤਫਸੀਲ ਮੌਜੂਦ ਜੇ। ਨਵੇਂ ਦੋਸਤ ਅਹਿਬਾਬ ਜਿੰਨੇ ਵੀ ਆਉਣ ਵਾਲੇ ਨੇ ਜ਼ਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ, ਅੱਛਾ ਜਿਹਾ ਕਮੈਂਟ ਲਾਜ਼ਮੀ ਕਰ ਦਿਆ ਜੇ, ਅਤੇ ਸਾਨੂੰ ਰੱਖਿਓ ਦੁਆਵਾਂ ਯਾਦ। ਰੱਬ ਰੱਖਾ ਜੀ, ਅਗਲੀ ਵੀਡੀਓ 'ਚ ਫਿਰ ਹਾਜ਼ਰੀ ਹੁੰਦੀ ਹੈ।